ਜਦੋਂ ਤੂੰ ਆਇਆ ਸੀ ਵੀਲ ਚੇਅਰ 'ਤੇ, ਤੂੰ ਮੈਨੂੰ ਵੀ ਗਾਲਾਂ ਕੱਢੀਆਂ ਸੀ ਕਿਤੇ ਦਿਨੋਂ, ਮੈਨੂੰ ਕਿੰਨਾ ਬੋਲਿਆ ਸੀ ਤੂੰ, ਹੁਣ ਤੂੰ ਤੁਰਿਆ ਫਿਰਦਾ ਹੈ? ਮਾਰ ਦੂੰ ਤੈਨੂੰ ਤਾਂ, ਮੈਂ ਧੋਖਾ ਮਾਰ ਦੂੰ, ਮੈਂ ਤੈਨੂੰ ਤਾਂ ਮਾਰ ਦੂੰ, ਕੋਹਾ ਮਾਰ ਕੇ ਲਾ ਤੇ ਪਰੇ ਕਰ ਲਾ, ਹੁੰਦੇ ਪਰੇ ਕਰ ਲਾ, ਪਰੇ ਕਰ ਲਾ ਤੇ। ਉੱਥੋਂ ਆ ਕੇ ਬਸ ਅਪਸੈਟ ਹੋ ਗਿਆ, ਕਈ ਸਾਲ ਹੋ ਗਏ ਸੀ ਅੰਦਰ ਹੀ ਪਿਆਰ ਕਰ ਚੁੱਕਿਆ, ਹੁਣ ਦਵਾਈ ਲੈਣ ਆਇਆ। ਬਹੁਤ ਠੀਕ, ਕਿਵੇਂ ਬਾਈ? ਹੁਣ ਮਾੜਾ ਮੋਟਾ ਅੱਗੇ ਨਾਲੋਂ ਹੁਣ ਕਮਰੇ 'ਚ ਬੰਦ ਤਾਂ ਨਹੀਂ ਬੈਠਾ ਰਹਿੰਦਾ? ਇਹ ਵੀਰੇ ਨੂੰ ਵੀ ਬਹੁਤ ਮਾੜੀ ਹਾਲਤ 'ਚ ਲੈ ਕੇ ਆਏ ਸੀਗੇ, ਬਣ ਕੇ ਹਲਵਾਈ ਆ ਬਾਈ ਪੇਸ਼ੇ ਤੋਂ, ਕੁਲ ਸਿੰਘ ਕਾਲੀ ਚੋਟੀ ਦਾ ਹਲਵਾਈ। ਇਹ ਸਭ ਤੁਹਾਡੀਆਂ ਦੁਆਵਾਂ, ਅਰਦਾਸਾਂ ਦੇ ਅਸੀਸਾਂ ਦੇ ਨਾਲ ਇਸ ਹੋ ਪਾਇਆ ਸਭ ਕੁਛ। ਅੱਗੋਂ ਵੀ ਕਰਿਓ ਅਰਦਾਸ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼, ਸਾਨੂੰ ਸੇਵਾ ਕਰਨ ਦਾ ਬਲ ਬੁੱਧੀ ਸਮੱਤ ਬੁੱਧੀ ਬਖਸ਼। ਕਿਵੇਂ ਦਰਬਾਰ ਸਿੰਘ, ਠੀਕ ਹੈ ਨਾ? ਹੁਣ ਨਾਲ ਕੌਣ ਆਇਆ? ਮੁੰਡਾ ਮੇਰਾ। ਖੜਾ ਹੋ, ਕੀ ਹਾਲ ਨੇ? ਦਵਾਈ ਖਾਣਾ? ਹਾਂਜੀ। ਹੁਣ ਤਾਂ ਨਹੀਂ ਘਰੇ ਬੰਦ ਹੈ ਤੈਨੂੰ? ਨਹੀਂ ਸਰ ਜੀ। ਹਾਂ ਬਾਈ, ਕਿਵੇਂ ਹੁਣ ਡੈਡੀ ਤੇਰਾ? ਦਵਾਈ ਆਪ ਖਾ ਲੈਂਦਾ? ਹਾਂਜੀ, ਹੁਣ ਤੱਕ ਹੀ ਕੰਮ ਕਰਦਾ? ਨਹੀਂ, ਕੰਮ ਤਾਂ ਨਹੀਂ ਮੈਂ ਕਰਦਾ, ਮੈਂ ਤਾਂ ਕੋਈ ਨਾ ਘਰੇ। ਨਹੀਂ ਪੁੱਤ, ਕਿਤੇ ਕੰਮ ਕਰੋ, ਬਿਜ਼ੀ ਕਰੋ ਥੋੜ੍ਹਾ ਬਹੁਤਾ, ਕੋਈ ਵੀ ਕੰਮ 'ਤੇ ਲਾ ਲਓ, ਥੋੜ੍ਹਾ ਬਹੁਤਾ ਕੰਮ ਕਰੋ। ਠੀਕ ਹੈ ਦਰਬਾਰਾ ਸਿੰਘ, ਲੇਕਿਨ ਪਹਿਲਾਂ ਮਸਾਂ ਠੀਕ ਹੋਇਆ, ਕਿਹੜੀ ਹਾਲਤ ਤੈਨੂੰ ਲੈ ਕੇ ਆਏ ਸੀ ਇਹ ਬਾਈ? ਹੁਣ ਤੇਰੇ ਬੱਚੇ ਤੇਰੇ ਲਈ ਬਹੁਤ ਇਹਨਾਂ ਨੇ ਵਿਚਾਰਿਆਂ ਨੇ ਕੀਤਾ, ਅਤੇ ਤੂੰ ਕੁੱਟ ਵੀ ਖਾਂਦੇ ਰਹੇ, ਤੇਰੇ ਵੀ ਮਾਰਦੇ ਰਹੇ ਵੈਸੇ ਤਾਂ, ਪਰ ਜਾਣੀ ਕਿ ਗੱਲ ਇਹ ਆ ਵੀ ਮਜਬੂਰ ਸੀਗੇ, ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕੀ ਕਰੀਏ। ਤੂੰ ਭੰਨ ਤੋੜ ਕਰ ਦਿੰਦਾ ਸੀ, ਅਤੇ ਇਹ ਜਿਵੇਂ ਫਿਰ ਤੈਨੂੰ ਕਰਦੇ ਸੀ ਕਾਬੂ, ਬੰਨ ਲੈਂਦੇ ਸੀ ਜਾਂ ਕਿਵੇਂ ਆ, ਪਰ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁਣ ਠੀਕ ਆ। ਤੂੰ ਸੇਵਾ ਕਰਾਇਆ ਕਰ ਇੱਥੇ, ਹੁਣ ਕੱਲ੍ਹ ਨੂੰ ਸ਼ਬੀਰ ਲੱਗਣੇ, ਸਾਰੇ ਸੇਵਾ ਕਰਾਉਣੀ ਹੈ ਨਾਲ ਤੂੰ, ਠੀਕ ਆ? ਠੀਕ ਆ ਹੁਣ ਫਿਰ? ਠੀਕ ਆ, ਮੋਟਾ ਹੋ ਗਿਆ ਸ਼ਰਨਜੀਤ, ਜੇ ਕਹਿਣਾ ਹੋਵੇ ਕਿੰਨਾ? ਫਿਰ ਇਹਦੇ ਲਈ ਕੀ ਕਰ ਸਕਦਾ? ਕੰਮ ਕਰ, ਕੋਈ ਵੀ ਕੰਮ, ਕੋਈ ਵੀ ਕੰਮ ਕਰ, ਵਿਹਲਾ ਨਾ ਬਹਿ। ਜੇ ਤੂੰ ਚਾਹੁੰਦਾ ਆਪਦੀ ਮਾਂ ਨੂੰ ਵਿਹਲਾ ਨਹੀਂ ਮੈਂ, ਜੇ ਵਿਹਲਾ ਬਹਿ ਗਿਆ ਨਾ, ਫਿਰ ਤਾਂ ਜਿਹੜੀ ਮਾੜੀ ਮੋਟੀ ਹੈਗੀ ਆ ਵਿਚਾਰੀ ਨਾ, ਇਹ ਉਹ ਵੀ ਚਲੇ ਜਾਊਗੀ, ਕੰਮ 'ਤੇ ਲੱਗ ਜਾ ਕੇ। ਪਹਿਲਾਂ ਕੀ ਕਰਦਾ ਸੀ ਤੂੰ? ਪਹਿਲਾਂ ਮੈਂ ਯੂਨੀਟੇਬਲ ਜੀ ਕੰਪਨੀ ਜੋਬ ਕਰਦਾ ਸੀ। ਹਾਂਜੀ, ਕੋਈ ਨਾ, ਵਾਹਿਗੁਰੂ ਮਿਹਰ ਕਰਨਾ ਕਿ ਬਹਿ ਜਾ, ਬਹਿ ਜਾ। ਹੋਰ ਮਾਂ ਠੀਕ ਆ? ਤੂੰ ਕਿਵੇਂ ਅੱਗੇ ਨਾਲੋਂ ਬਹੁਤ ਫਰਕ? ਕਿੱਥੋਂ ਆਏ ਤੁਸੀਂ? ਡੁੱਬੀ ਤੋਂ ਆਏ। ਪਹਿਲਾਂ ਕੀ ਕੰਮ ਕਰਦਾ ਸੀ? ਕੰਪਨੀ 'ਚ ਕੰਮ ਕਰਦਾ। ਕੋਈ ਨਾ, ਵਾਹਿਗੁਰੂ ਕਰ ਲਓ ਠੀਕ। ਕੋਈ ਨਾ, ਸਭ ਠੀਕ ਹੋ ਜਾਣਾ। ਜਦੋਂ ਤੂੰ ਆਇਆ ਸੀ ਵੀਲ ਚੇਅਰ 'ਤੇ, ਤੂੰ ਮੈਨੂੰ ਵੀ ਗਾਲਾਂ ਕੱਢੀਆਂ ਸੀ ਕਿਤੇ ਦਿਨੋਂ, ਮੈਨੂੰ ਕਿੰਨਾ ਬੋਲਿਆ ਸੀ ਤੂੰ, ਹੁਣ ਤੂੰ ਤੁਰਿਆ ਫਿਰਦਾ ਹੈਂ? ਬਾਬੇ ਨਾਨਕ ਦਾ ਸ਼ੁਕਰ, ਤੈਨੂੰ ਵੀਲ ਚੇਅਰ 'ਤੇ ਬਿਠਾਈ ਫਿਰਦਾ, ਤੇਰਾ ਡੈਡੀ ਰੋਈ ਜਾਂਦਾ ਸੀ ਵਿਚਾਰਾ, ਹੈ ਨਾ? ਤੂੰ ਕੰਮ 'ਤੇ ਲੱਗ ਜਾ। ਹਾਂਜੀ ਮਾਂ, ਸਤਿ ਸ਼੍ਰੀ ਅਕਾਲ। ਬੀਰਬਲ ਕਿਵੇਂ ਆ? ਠੀਕ ਆ, ਹੁਣ ਤਾਂ ਨਹੀਂ ਬੰਦ ਇਹ?
ਕਚੋਰੀ ਵਾਲਾ ਇਹ ਵੀ ਹਲਵਾਈ ਦਾ ਕੰਮ ਕਰਦਾ ਸੀ। ਹੋਰ ਵੀ ਫਲ ਕੱਲ ਨੂੰ ਮਾਲ ਪੂੜੇ ਕੱਢਣੇ ਸੀ ਯਾਰ, ਕੀ ਨਹੀਂ ਮੈਂ ਕੱਢਣੇ ਆ। ਤੇਲ ਪਿਆ, ਖੰਡ ਪਈ ਆ, ਸਭ ਕੁਛ ਪਿਆ ਆਪਣੇ ਕੋਲ, ਸ਼ੱਕਰ ਪਈ ਆ, ਬੇਸਣ ਪਿਆ, ਮੈਦਾ ਪਿਆ, ਹੈਂ ਕੱਢਦੀ ਯਾਰ, ਹੈਂ ਕੱਢਣੀ ਯਾਰ, ਹੈਂ ਉਹ ਹਲਵਾਈ, ਹਲਵਾਈ ਵਧੀਆ। ਹਾਂਜੀ ਕਿਵੇਂ ਮਨ ਵਾਲਿਆ, ਗੱਡੀ ਦੇ ਪੈਸੇ ਤਾਰਤੇ ਬਾਪੂ ਨੇ, ਦੇਤੇ, ਹੁਣ ਹੋਰ ਭੰਨਣੇ ਆ, ਹੈਂ ਹੁਣ ਕੰਮ ਤੇ ਲੱਗਣਾ, ਹੈਂ ਕੀ ਨਾਂ ਤੇਰਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਹੁਣ ਸੇਵਾ ਤੇ ਲੱਗ ਜਾ, ਕੰਮ ਤੇ ਲੱਗ ਜਾ, ਠੀਕ ਹੈ ਨਾਲ, ਕੋਈ ਨਾ ਕੋਈ ਨਾ। ਹਾਂਜੀ ਮਹਾਰਾਜ ਜੀ ਕੀ ਹਾਲ ਨੇ, ਸਤਿ ਸ਼੍ਰੀ ਅਕਾਲ ਜੀ। ਉਹ ਨਾ ਬਾਈ ਉਹ ਨਹੀਂ ਨਹੀਂ ਕੀ ਹਾਲ ਨੇ ਵੀਰੇ, ਦਵਾਈ ਖਾਧੀ ਆ? ਹਾਂਜੀ। ਕੀ ਨਾਂ ਤੇਰਾ? ਰਾਹੁਲ। ਰਾਹੁਲ ਸ਼ੈਲੀ। ਹੋਰ ਸ਼ੈਲੀ ਵੀਰੇ ਕਿਵੇਂ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮੈਂਬਰ ਜਿਹਨਾਂ ਨੂੰ ਤੁਸੀਂ ਮਿਲੇ ਹੋ, ਜਿਵੇਂ ਰਾਹੁਲ ਸ਼ੈਲੀ ਵੀਰਾ ਇੰਗਲੈਂਡ ਤੋਂ ਆਇਆ ਸੀਗਾ, ਪੜ੍ਹ ਕੇ ਆਇਆ, ਉੱਥੋਂ ਬੀ ਬੀ ਏ ਕੀਤੀ ਸੀ ਇੰਗਲੈਂਡ ਜਾ ਕੇ। ਕੀ ਕੀਤਾ ਜੀ ਇੰਗਲੈਂਡ? ਉੱਥੋਂ ਆ ਕੇ ਬਸ ਅਪਸੈਟ ਹੋ ਗਿਆ, ਕਈ ਸਾਲ ਹੋ ਗਏ ਸੀ ਅੰਦਰ ਹੀ ਪਿਆ ਸੀ ਘਰ 'ਚ ਵੀਰਾ, ਹੁਣ ਦਵਾਈ ਲੈਣ ਆਇਆ। ਬਹੁਤ ਠੀਕ ਹੈ ਮੈਂ ਬਾਈ, ਹੁਣ ਮਾੜਾ ਮੋਟਾ ਅੱਗੇ ਨਾਲੋਂ ਗੱਲਾਂ ਕਰਦਾ, ਹੁਣ ਕਮਰੇ 'ਚ ਬੰਦ ਤਾਂ ਨਹੀਂ ਬੈਠਾ ਰਹਿੰਦਾ? ਸਮੋਕ ਜਦੋਂ ਕੁਛ ਖਾਣ ਨੂੰ ਲੈ ਕੇ ਜਾਣਾ ਹੁੰਦਾ ਨਾਲ ਜਾਂਦਾ ਵਾ। ਸਮੋਕਿੰਗ ਕਰਦਾ? ਨਹੀਂ, ਬਸ ਧਿਆਨ ਰੱਖਣਾ। ਲਿਆ ਮਾਂ, ਮਾਂ ਤਾਂ ਵਿਚਾਰੀ ਇਹਨੂੰ ਇੱਦਾਂ ਹੀ ਦੇਖਦੀ ਦੇਖਦੀ ਤੁਰ ਗਈ, ਇਹਦੀ ਟੈਨਸ਼ਨ ਸੀ। ਹੁਣ ਬਾਪੂ ਅਤੇ ਭਰਾ ਵਾ, ਅਰਦਾਸ ਕਰਿਓ ਵੀਰਾ ਠੀਕ ਹੋ ਕੇ, ਚੰਗਾ ਜੀ ਵੈਸੇ ਤਾਂ ਠੀਕ ਆ, ਹੁਣ ਆਪਦੀ ਬਸ ਜ਼ਿੰਦਗੀ ਦਾ ਅਗਲਾ ਸਟੈਪ ਲੈ ਰਿਹਾ। ਇੱਦਾਂ ਹੀ ਇਹ ਵੀਰਾ ਵੀ ਘਰੇ ਪਿੰਡ ਦੇ ਵਿੱਚ ਭੰਨ ਤੋੜ, ਗੱਡੀਆਂ ਭੰਨ, ਲੋਕਾਂ ਦੇ ਸ਼ੀਸ਼ੇ ਦਰਵਾਜ਼ੇ ਭੰਨ, ਅੱਜ ਵੀਰਾ ਠੀਕ ਆ। ਇਹਨੂੰ ਵੀਰੇ ਨੂੰ ਵੀ ਸੰਗਲ ਨਾਲ ਬੰਨ੍ਹ ਕੇ ਲੈ ਕੇ ਆਏ ਸੀਗੇ, ਅਤੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਯੋਗਾ ਹੋ ਚੱਲਿਆ। ਇੱਦਾਂ ਹੀ ਇਹ ਵੀਰੇ ਨੂੰ ਵੀ ਬਹੁਤ ਮਾੜੀ ਹਾਲਤ 'ਚ ਲੈ ਕੇ ਆਏ ਸੀਗੇ, ਬੰਨ੍ਹ ਕੇ ਹਲਵਾਈ ਆ ਬਾਈ ਪੇਸ਼ੇ ਤੋਂ ਵੀਰਪਾਲ, ਇਹ ਵੀ ਵੀਰਾ ਠੀਕ ਆ ਹੁਣ। ਇੱਦਾਂ ਹੀ ਮਾਂ ਆਪਣੇ ਪੁੱਤ ਨੂੰ ਬਹੁਤ ਮਾੜੇ ਹਾਲਾਤਾਂ 'ਚ ਸੀ, ਜਦੋਂ ਵੀਲਚੇਅਰ 'ਤੇ ਸੀ ਵੀਰਾ, ਚੱਲ ਵੀ ਨਹੀਂ ਸਕਦਾ ਸੀ, ਸਾਡੇ ਨਾਲ ਵੀ ਲੜਦਾ ਸੀ, ਗਾਲਾਂ ਕੱਢਦਾ ਸੀ, ਇੰਨਾ ਗੁੱਸਾ ਕਰਦਾ ਸੀ, ਬਾਪ ਵਿਚਾਰਾ ਰੋਈ ਹੋਈ ਜਾਂਦਾ ਸੀ ਬਸ। ਅਤੇ ਅੱਜ ਵੀਰਾ ਠੀਕ ਹੈ ਬਿਲਕੁਲ। ਅਤੇ ਇੱਦਾਂ ਹੀ ਬਾਪੂ ਨੂੰ, ਦਿਲਬਾਗ ਸਿੰਘ ਨੂੰ ਵੀ ਜਦੋਂ ਲੈ ਕੇ ਆਏ ਸੀ, ਬੰਨ੍ਹ ਕੇ ਲੈ ਕੇ ਆਏ ਸੀਗੇ, ਅਤੇ ਅੱਜ ਬਾਪੂ ਦਵਾਈ ਲੈਣ ਆਇਆ ਹੋਇਆ, ਅਤੇ ਉਹਨੂੰ ਦੇਖ ਕੇ ਕੋਈ ਇਹ ਵੀ ਨਹੀਂ ਕਹਿ ਸਕਦਾ ਵੀ ਉਹ ਮਰੀਜ਼ ਆ। ਇਹ ਸਭ ਤੁਹਾਡੀਆਂ ਦੁਆਵਾਂ, ਅਰਦਾਸਾਂ ਅਤੇ ਅਸੀਸਾਂ ਦੇ ਨਾਲ ਇਸ ਹੋ ਪਾਇਆ ਸਭ ਕੁਛ। ਅੱਗੋਂ ਵੀ ਕਰਿਓ ਅਰਦਾਸ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ, ਸਾਨੂੰ ਸੇਵਾ ਕਰਨ ਦਾ ਬਲ ਬੁੱਧੀ ਸਮਰੱਥ ਬੁੱਧੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।